ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਤੁਹਾਨੂੰ ਕੌਮ ਦੇ ਇੱਕ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਦੀ ਕਹਾਣੀ ਸੁਣਾਵਾਂਗੇ। ਅਸੀਂ ਤੁਹਾਨੂੰ ਤਕਰੀਬਨ 18ਵੀਂ 19ਵੀਂ ਸਦੀ ਦੇ ਸਾਰੇ ਮਹਾਨ ਜਰਨੈਲਾਂ ਦੀਆਂ ਕਹਾਣੀਆਂ ਤੇ ਇਤਿਹਾਸ ਤੋਂ ਜਾਣੂ ਕਰਵਾ ਚੁੱਕੇ ਹਾਂ, ਜਿਨ੍ਹਾਂ ਜਰਨੈਲਾਂ ਨੇ, ਜਿਨ੍ਹਾਂ ਸਿੱਖਾਂ ਨੇ ਸਿੱਖ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ, ਸਿੱਖ ਰਾਜ ਦੀ ਨੀਂਹ ਰੱਖਣ ਲਈ ਆਪਣਾ ਖੂਨ ਡੋਲਿਆ। ਉਹਨਾਂ ਮੋਤਬਰ ਜਰਨੈਲਾਂ ਵਿੱਚੋਂ ਇੱਕ ਦਾ ਨਾਂ ਹੈ ਬਾਬਾ ਬਘੇਲ ਸਿੰਘ। ਬਾਬਾ ਬਘੇਲ ਸਿੰਘ ਦਾ ਜਨਮ 1725 ਈਸਵੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝਬਾਲ ਵਿੱਚ ਹੋਇਆ। ਉਹ ਸਮਾਂ ਸਿੱਖਾਂ ਲਈ ਬਹੁਤ ਵਿਖੜਾ ਤੇ ਦੁੱਖਾਂ ਭਰਿਆ ਸਮਾਂ ਸੀ। ਸਿੱਖਾਂ ਦਾ ਪੰਜਾਬ ਵਿੱਚ ਰਹਿਣਾ ਮੁਸ਼ਕਲ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਲੀਡਰਸ਼ਿਪ ਦੀ ਘਾਟ ਕਾਰਨ ਤੇ ਕੁਝ ਸਰਕਾਰ ਦੇ ਕਰੜੇ ਹੁਕਮਾਂ ਕਾਰਨ ਇੱਕ ਵਾਰ ਸਿੱਖਾਂ ਦੀ ਹਾਲਤ ਬਿਲਕੁਲ ਖਤਮ ਦੇ ਬਰਾਬਰ ਹੋ ਚੁੱਕੀ ਸੀ। ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ ਵਿੱਚ ਲੁੱਕ ਛਿਪ ਕੇ ਸਿੰਘ ਜ਼ਿੰਦਗੀ ਕੱਟ ਰਹੇ ਸਨ। ਜ਼ਕਰੀਆ ਖਾਨ ਦਾ ਬਾਪ ਅਬਦੁਲ ਸਮਦ ਖਾਨ ਬਹੁਤ ਸਖਤੀ ਨਾਲ ਸਿੱਖਾਂ ਦੇ ਮਗਰ ਪਿਆ ਹੋਇਆ ਸੀ। ਇੱਕ ਵਾਰ ਸਿੱਖ ਬਿਲਕੁਲ ਪੰਜਾਬ ਵਿੱਚੋਂ ਖਤਮ ਹੋ ਗਏ ਤਾਂ ਅਬਦੁਲ ਸਮਦ ਖਾਨ ਸਮੇਂ ਦੇ ਨਾਲ ਨਾਲ ਕੁਝ ਠੰਡਾ ਹੋਇਆ। ਹੌਲੀ ਹੌਲੀ ਸਿੱਖਾਂ 'ਤੇ ਸਖਤਾਈ ਕੁਝ ਘਟੀ ਤਾਂ ਸਿੱਖ ਵਾਪਸ ਪੰਜਾਬ ਵਿੱਚ ਆਉਣੇ ਸ਼ੁਰੂ ਹੋ ਗਏ। ਪਹਿਲਾਂ ਸਰਦਾਰ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਸਿੱਖ ਇਕੱਠੇ ਹੋਏ। 1733 ਈਸਵੀ ਵਿੱਚ ਸਿੱਖਾਂ ਨੂੰ ਜ਼ਕਰੀਆ ਖਾਨ ਨੇ ਜਗੀਰ ਦੇ ਦਿੱਤੀ ਅਤੇ ਸਰਦਾਰ ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਦੇ ਖਿਤਾਬ ਨਾਲ ਨਵਾਜਿਆ ਗਿਆ। 1726 ਈਸਵੀ ਵਿੱਚ ਪਹਿਲੀ ਵਾਰ ਸਿੱਖਾਂ ਨੇ ਸਰਬੱਤ ਖਾਲਸੇ ਦਾ ਇਕੱਠ ਕੀਤਾ ਸੀ। ਉਸ ਤੋਂ ਬਾਅਦ ਦਲ ਖਾਲਸੇ ਵਿੱਚ ਪਹਿਲਾਂ 65 ਜਥੇ ਬਣੇ ਅਤੇ ਬਾਅਦ ਵਿੱਚ ਬੁੱਢਾ ਦਲ ਅਤੇ ਤਰਨਾ ਦਲ ਹੋਂਦ ਵਿੱਚ ਆਇਆ ਅਤੇ ਦਲ ਖਾਲਸੇ ਦੇ 11 ਵੱਡੇ ਜਥੇ ਬਣਾਏ ਗਏ, ਜਿਨ੍ਹਾਂ ਨੇ ਬਾਅਦ ਵਿੱਚ ਮਿਸਲਾਂ ਦਾ ਰੂਪ ਧਾਰਿਆ। ਇਹਨਾਂ ਵਿੱਚੋਂ ਹੀ ਇੱਕ ਜਥੇ ਦਾ ਨਾਂ ਕਰੋੜ ਸਿੰਘੀਆ ਮਿਸਲ ਪਿਆ। ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਮਿਸਲ ਵਿੱਚ ਹੀ ਸ਼ਾਮਲ ਹੋਏ ਸਨ। ਜ਼ਿਆਦਾ ਚੜ੍ਹਾਈ ਬਾਬਾ ਬਘੇਲ ਸਿੰਘ ਦੀ ਅਬਦਾਲੀ ਦੇ ਹਮਲਿਆਂ ਵੇਲੇ ਹੋਈ। ਉਸ ਸਮੇਂ ਤੱਕ ਸਾਰੇ ਜਥੇਦਾਰ ਪੂਰੀ ਪਾਵਰ ਵਿੱਚ ਆ ਚੁੱਕੇ ਸਨ ਅਤੇ ਵੱਡੇ ਘੱਲੂਘਾਰੇ ਵੇਲੇ ਸਰਦਾਰ ਬਘੇਲ ਸਿੰਘ ਆਪਣੀ ਮਿਸਲ ਦੇ ਜਥੇਦਾਰ ਸਨ। 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਹੋਇਆ। ਅਬਦਾਲੀ ਹਮਲਾ ਕਰਦਾ ਤਾਂ ਸਿੱਖ ਸਰਦਾਰ ਵਾਪਸ ਜਾਂਦੇ ਅਬਦਾਲੀ ਨੂੰ ਲੁੱਟ ਲੈਂਦੇ। ਅਬਦਾਲੀ ਦਿੱਲੀ ਤੋਂ ਮਾਇਆ ਅਤੇ ਹੋਰ ਸਮਾਨ ਦੇ ਨਾਲ ਨਾਲ ਹਿੰਦੂ ਲੜਕੇ ਲੜਕੀਆਂ ਨੂੰ ਵੀ ਨਾਲ ਗੁਲਾਮ ਬਣਾ ਕੇ ਲੈ ਆਉਂਦਾ ਸੀ। ਸਰਦਾਰ ਬਘੇਲ ਸਿੰਘ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਦੀਪ ਸਿੰਘ ਭੰਗੀ ਜਥੇਦਾਰ, ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀਆ, ਸਰਦਾਰ ਚਰਤ ਸਿੰਘ ਅਤੇ ਹੋਰ ਜਥੇਦਾਰ ਅਬਦਾਲੀ ਦੀ ਫੌਜ ਨੂੰ ਲੁੱਟਦੇ ਅਤੇ ਉਸਦੇ ਕੈਦ ਕੀਤੇ ਲੜਕੇ ਲੜਕੀਆਂ ਨੂੰ ਛੁਡਾ ਲਿਆਉਂਦੇ। ਪਾਣੀਪਤ ਦੀ ਲੜਾਈ ਵਿੱਚ ਅਬਦਾਲੀ ਨੇ ਮਰਾਠਿਆਂ ਨੂੰ ਹਰਾਇਆ। ਭਾਰਤ ਵਿੱਚ ਉਸ ਸਮੇਂ 3 ਤਾਕਤਾਂ ਸਨ, ਮੁਗਲ, ਮਰਾਠੇ ਅਤੇ 3 ਅਬਦਾਲੀ। 4th ਤਾਕਤ ਸਿੱਖ ਸਨ ਜੋ ਉਸ ਸਮੇਂ ਹੌਲੀ ਹੌਲੀ ਪਾਵਰ ਵਿੱਚ ਆ ਰਹੇ ਸਨ। ਮੁਗਲ ਹਕੂਮਤ ਤਾਂ ਅਬਦਾਲੀ ਨੇ ਪਹਿਲਾਂ ਖਤਮ ਕੀਤੀ, ਉਸ ਤੋਂ ਬਾਅਦ ਅਬਦਾਲੀ ਦੇ ਰਾਹ ਵਿੱਚ ਆਉਣ ਵਾਲੀ ਦੂਜੀ ਸ਼ਕਤੀ ਮਰਾਠਿਆਂ 'ਤੇ ਹਮਲਾ ਕਰਕੇ ਮਰਾਠਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਲੱਕ ਤੋੜਵੀਂ ਹਾਰ ਦਿੱਤੀ। ਅਬਦਾਲੀ ਨੇ ਮਰਾਠਿਆਂ ਨੂੰ ਅਜਿਹੀ ਮਾਤ ਦਿੱਤੀ ਕਿ ਉਹ ਦੁਬਾਰਾ ਤਾਕਤ ਨਾ ਫੜ ਸਕੇ। ਉਸ ਤੋਂ ਬਾਅਦ ਅਬਦਾਲੀ ਲਈ ਹਿੰਦੁਸਤਾਨ ਵਿੱਚ ਇੱਕ ਤਾਕਤ ਦਿਸਦੀ ਸੀ ਜੋ ਉਹਦੇ ਰਾਹ ਵਿੱਚ ਰੋੜਾ ਸੀ, ਉਹ ਸੀ ਸਿੱਖ, ਜਿਸ ਨੇ ਅਬਦਾਲੀ ਨੂੰ ਬਹੁਤ ਤੰਗ ਕੀਤਾ ਸੀ, ਵਾਰ ਵਾਰ ਲੁੱਟਿਆ ਸੀ ਅਤੇ ਰਾਹ ਦਾ ਰੋੜਾ ਨਜ਼ਰ ਆਉਂਦੀ ਸੀ। ਸਿੱਖ ਅਬਦਾਲੀ ਦੀ ਅੱਖ ਵਿੱਚ ਰੜਕਦੇ ਸਨ, ਇਸ ਲਈ 1762 ਈਸਵੀ ਫਰਵਰੀ ਵਿੱਚ ਸਿੱਖਾਂ ਨੂੰ ਖਤਮ ਕਰਨ ਲਈ ਅਬਦਾਲੀ ਨੇ ਹਮਲਾ ਕੀਤਾ। ਸਿੱਖਾਂ ਨੂੰ ਖਤਮ ਕਰਨ ਲਈ ਇੱਕ ਸਪੈਸ਼ਲ ਤੋਪ ਤਿਆਰ ਕਰਵਾਈ। ਲਾਹੌਰ ਤੋਂ 24 ਕੋਹ ਦੂਰ ਇੱਕ ਪਿੰਡ ਚਬੁਰਤੀ ਵਿੱਚ ਇੱਕ ਸ਼ਾਹ ਨਸੀਰ ਨਾਂ ਦੇ ਕਾਰੀਗਰ ਨੂੰ ਇੱਕ ਸ਼ਕਤੀਸ਼ਾਲੀ ਤੋਪ ਬਣਾਉਣ ਲਈ ਕਿਹਾ ਗਿਆ। ਕਹਿੰਦੇ ਹਨ ਕਿ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕਾਂ ਦੇ ਪਿੱਤਲ, ਤਾਂਬੇ ਦੇ ਭਾਂਡੇ ਧੱਕੇ ਨਾਲ ਇਕੱਠੇ ਕੀਤੇ ਗਏ। ਸ਼ਾਹ ਨਜ਼ੀਰ ਨੇ ਬਹੁਤ ਸ਼ਕਤੀਸ਼ਾਲੀ ਤੋਪ ਤਿਆਰ ਕੀਤੀ ਜੋ ਉਸ ਸਮੇਂ ਦੁਨੀਆਂ ਦੀ ਸਭ ਤੋਂ ਵੱਡੀ ਤੋਪ ਸੀ, ਜਿਸ ਵਿੱਚ 21 ਕਿਲੋ ਬਰੂਦ ਪੈਂਦਾ ਸੀ। ਇਸ ਤੋਪ ਦਾ ਨਾਂ ਜਮਜਮਾ ਤੋਪ ਰੱਖਿਆ ਗਿਆ। ਇਹ ਤੋਪ ਸਿੱਖਾਂ ਵਿਰੁੱਧ ਵੱਡੇ ਘੱਲੂਘਾਰੇ ਵਿੱਚ ਵਰਤੀ ਗਈ। ਸਿੱਖ
ਸਿੱਖ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਇਕੱਠੇ ਹੋਏ ਸਨ। ਅਬਦਾਲੀ ਨੂੰ ਪਤਾ ਲੱਗ ਗਿਆ ਤੇ ਇਕੱਠੇ ਹੋਏ ਸਿੱਖਾਂ ਨੂੰ ਖਤਮ ਕਰਨ ਲਈ ਉਹ 2 ਲੱਖ ਦੇ ਗੇੜ ਫੌਜ ਲੈ ਕੇ ਕਾਬਲ ਤੋਂ ਚੜਿਆ। ਸਿੱਖਾਂ ਨੂੰ ਵੀ ਪਤਾ ਲੱਗ ਗਿਆ, ਉਹਨਾਂ ਨੇ ਸੋਚਿਆ ਕਿ ਬਾਲ ਬੱਚੇ ਨੂੰ ਸੰਗਰੂਰ ਦੇ ਏਰੀਏ ਵਿੱਚ ਪਹੁੰਚਾ ਕੇ ਅੰਮ੍ਰਿਤਸਰ ਵਾਪਸ ਆ ਕੇ ਅਬਦਾਲੀ ਦਾ ਮੁਕਾਬਲਾ ਕਰਦੇ ਹਾਂ। ਸਿੱਖ ਵਹੀਰ ਨੂੰ ਸੰਗਰੂਰ ਛੱਡਣ ਲਈ ਤੁਰ ਪਏ। ਅਜੇ ਸੰਗਰੂਰ ਪਹੁੰਚੇ ਨਹੀਂ ਸਨ, ਕੁੱਪ ਪਿੰਡ ਪਹੁੰਚੇ ਸਨ। ਅਬਦਾਲੀ ਨੇ ਹਮਲਾ ਕਰ ਦਿੱਤਾ। ਬਾਲ ਬੱਚੇ ਅਤੇ ਬਜ਼ੁਰਗਾਂ ਨੂੰ ਬਚਾਉਣ ਕਰਕੇ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਸਿੱਖ ਜਰਨੈਲਾਂ ਨੇ ਬਹੁਤ ਬਹਾਦਰੀ ਨਾਲ ਲੜਾਈ ਕੀਤੀ, ਪਰ ਫਿਰ ਵੀ ਇਸ ਲੜਾਈ ਵਿੱਚ 30 ਤੋਂ 40 ਹਜ਼ਾਰ ਸਿੱਖ ਬੱਚੇ, ਬੁੱਢੇ, ਬੀਬੀਆਂ ਅਤੇ ਲੜਾਕੇ ਸਿੱਖ ਮਾਰੇ ਗਏ। ਅਬਦਾਲੀ ਨੇ ਮੰਨ ਲਿਆ ਕਿ ਹੁਣ ਸਿੱਖ ਜਲਦੀ ਨਹੀਂ ਉੱਠ ਸਕਣਗੇ, ਪਰ ਅਬਦਾਲੀ ਦੇ ਵਾਪਸ ਮੋੜਨ ਦੀ ਦੇਰ ਸੀ। ਸਿੱਖਾਂ ਨੇ ਜਦੋਂ ਜ਼ਖਮ ਕੁਝ ਰਾਜ਼ੀ ਹੋਏ ਤੇ ਫਿਰ ਅਬਦਾਲੀ ਦੇ ਪਿੱਛੇ ਲੱਗ ਤੁਰੇ। ਫਿਰ ਸਿੱਖਾਂ ਨੇ ਅਬਦਾਲੀ ਦਾ ਜਿਉਣਾ ਹਰਾਮ ਕਰ ਦਿੱਤਾ। ਅਬਦਾਲੀ ਵੀ ਹੈਰਾਨ ਸੀ ਕਿ ਪਾਣੀਪਤ ਦੇ ਮੈਦਾਨ ਵਿੱਚ ਹਰਾਉਣ ਤੋਂ ਬਾਅਦ ਮਰਾਠੇ ਮੁੜ ਕਦੇ ਨਹੀਂ ਉੱਠ ਸਕੇ, ਪਰ ਇਹ ਕਿਹੋ ਜਿਹੀ ਕੌਮ ਹੈ ਜੋ ਇੰਨੀ ਜ਼ਿਆਦਾ ਬੁਰੀ ਹਾਲਤ ਕਰਨ ਦੇ ਬਾਵਜੂਦ ਵੀ 6 ਮਹੀਨੇ ਦੇ ਵਿੱਚ ਵਿੱਚ ਉੱਠ ਕੇ ਮੇਰਾ ਮੁਕਾਬਲਾ ਕਰਨ ਦੇ ਯੋਗ ਹੋ ਗਈ ਹੈ। 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਹੋਇਆ। ਘੱਲੂਘਾਰੇ ਵਿੱਚ ਨਵਾਬ ਨਜ਼ੀਬੂਦੌਲਾ ਨੇ ਅਬਦਾਲੀ ਦੀ ਮਦਦ ਕੀਤੀ। 20 ਫਰਵਰੀ ਨੂੰ ਸਰਦਾਰ ਬਘੇਲ ਸਿੰਘ ਨੇ ਸਹਾਰਨਪੁਰ ਜਾ ਕੇ ਨਜ਼ੀਬੂਦੌਲਾ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਹਰਾ ਕੇ ਉਸ ਤੋਂ 11 ਲੱਖ ਰੁਪਏ ਖਰਾਜ ਵਸੂਲਿਆ ਅਤੇ ਆਪਣੇ ਅਧੀਨ ਸਾਲਾਨਾ ਖਰਾਜ ਤੈਅ ਕਰਕੇ ਉਸ ਨੂੰ ਦੁਬਾਰਾ ਰਾਜ ਦੇ ਦਿੱਤਾ। ਉਸ ਤੋਂ ਬਾਅਦ ਬੁੰਦੇਲਖੰਡ, ਚੰਦੌਸੀ, ਗੰਗਾ ਜਮਨਾ ਦੁਆਬ ਫਤਿਹ ਕੀਤਾ। ਬਾਬਾ ਬਘੇਲ ਸਿੰਘ ਦਾ ਪ੍ਰਭਾਵ ਖੇਤਰ ਸਰਹੰਦ ਤੋਂ ਸਹਾਰਨਪੁਰ ਤੱਕ ਸੀ। ਇਸ ਇਲਾਕੇ ਵਿੱਚ ਉਸਨੇ ਆਪਣਾ ਰਾਜ ਸਥਾਪਿਤ ਕੀਤਾ। ਉਸ ਤੋਂ ਬਾਅਦ ਬਾਬਾ ਬਘੇਲ ਸਿੰਘ ਨੇ ਦਿੱਲੀ ਨੂੰ ਕਈ ਵਾਰ ਫਤਿਹ ਕੀਤਾ। ਸਰਹੰਦ ਤੋਂ ਲੈ ਕੇ ਦਿੱਲੀ ਤੱਕ ਬਾਬਾ ਬਘੇਲ ਸਿੰਘ ਨੂੰ ਸਲਾਮਾਂ ਹੁੰਦੀਆਂ ਸਨ। 1765 ਈਸਵੀ ਵਿੱਚ ਪੰਜਾਬ ਵਿੱਚ ਆ ਕੇ ਇੱਕ ਪੰਡਿਤ ਨੇ ਬਾਬਾ ਬਘੇਲ ਸਿੰਘ ਨੂੰ ਫਰਿਆਦ ਕੀਤੀ ਕਿ ਜਲਾਲਾਬਾਦ ਦਾ ਪਠਾਣ ਜਰਨੈਲ ਮੀਰ ਹਸਨ ਮੇਰੀ ਲੜਕੀ ਨੂੰ ਚੁੱਕ ਕੇ ਲੈ ਗਿਆ ਹੈ। ਤਾਂ ਬਾਬਾ ਬਘੇਲ ਸਿੰਘ ਨੇ ਜਲਾਲਾਬਾਦ 'ਤੇ ਹਮਲਾ ਕਰਕੇ ਮੀਰ ਹਸਨ ਨੂੰ ਖਤਮ ਕਰਕੇ ਪੰਡਿਤ ਦੀ ਲੜਕੀ ਨੂੰ ਛੁਡਾ ਕੇ ਲਿਆਂਦਾ। ਇਸ ਲੜਾਈ ਵਿੱਚ ਕਈ ਸਿੱਖ ਯੋਧੇ ਸ਼ਹੀਦ ਹੋਏ। ਲੋਕ ਸਿੰਘਾਂ ਨੂੰ ਮਾੜਾ ਕਹਿੰਦੇ ਹਨ, ਕਹਿੰਦੇ ਆਏ ਹਨ, ਪਰ ਦੇਖੋ ਇੱਕ ਯੋਧਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਬਚਾਉਣ ਲਈ ਕਿੰਨਾ ਖਤਰਾ ਮੁੱਲ ਲੈ ਕੇ ਪੰਜਾਬ ਤੋਂ ਯੂਪੀ ਵਿੱਚ ਜਾ ਕੇ ਜੰਗ ਲੜ ਕੇ ਆਪ ਸੱਟਾਂ ਖਾ ਕੇ ਆਪਣੇ ਯੋਧੇ ਮਰਵਾ ਕੇ ਕਿਸੇ ਦੀ ਲੜਕੀ ਦੀ ਇੱਜ਼ਤ ਬਚਾਉਂਦਾ ਹੈ। ਕਹਿਣ ਨੂੰ ਅਸੀਂ ਅੱਤਵਾਦੀ ਹਾਂ, ਜਰਾਇਮ ਪੇਸ਼ਾ ਹਾਂ। 1777 ਵਿੱਚ ਨਜ਼ੀਬੂਦੌਲਾ ਦੀ ਮੌਤ ਤੋਂ ਬਾਅਦ ਉਸਦੇ ਲੜਕੇ ਜ਼ਾਬਤਾ ਖਾਨ ਨੇ ਬਗਾਵਤ ਕਰ ਦਿੱਤੀ। ਪਹਿਲਾਂ ਸਹਾਰਨਪੁਰ ਅਤੇ ਜਲਾਲਾਬਾਦ ਸਿੱਖਾਂ ਦੇ ਅਧੀਨ ਸੀ, ਤਾਂ ਬਾਬਾ ਬਘੇਲ ਸਿੰਘ ਨੇ ਫਿਰ ਹਮਲਾ ਕਰ ਦਿੱਤਾ। ਫੌਜ ਲੜਨ ਲਈ ਆਹਮੋ ਸਾਹਮਣੇ ਖੜੀ ਸੀ, ਪਰ ਜ਼ਾਬਤਾ ਖਾਨ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਸਨੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਅਤੇ ਆਪਣਾ ਨਾਂ ਧਰਮ ਸਿੰਘ ਰੱਖਿਆ। ਉਸ ਤੋਂ ਬਾਅਦ ਦਿੱਲੀ ਜਿੱਤਣ ਲਈ ਬਾਬਾ ਬਘੇਲ ਸਿੰਘ ਨੇ ਸਾਰੇ ਸਿੱਖ ਜਰਨੈਲਾਂ ਨਾਲ ਮਸ਼ਵਰਾ ਕੀਤਾ। 1883 ਦਾ ਸਮਾਂ ਸੀ, ਸਿੱਖ ਮਿਸਲਾਂ ਪੂਰੀ ਤਾਕਤ ਫੜ ਚੁੱਕੀਆਂ ਸਨ। ਬਾਬਾ ਬਘੇਲ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਕਿ ਅੱਜ ਸਿੱਖਾਂ ਦੀ ਸ਼ਕਤੀ ਸਿਖਰਾਂ ਉੱਤੇ ਹੈ, ਅੰਗਰੇਜ਼ ਅਜੇ ਦਿੱਲੀ ਤੋਂ ਬਹੁਤ ਦੂਰ ਸਨ, ਹੋਰ ਕੋਈ ਵੀ ਤਾਕਤ ਸਿੱਖਾਂ ਦੇ ਮੁਕਾਬਲੇ ਦੀ ਰਹੀ ਨਹੀਂ ਸੀ। ਅਬਦਾਲੀ ਆਪਣਾ ਡੰਡਾ ਡੋਰੀ ਸਮੇਟ ਕੇ ਜਾ ਚੁੱਕਾ ਸੀ। ਉਸਨੇ ਕਿਹਾ ਕਿ ਜੇਕਰ ਦਲ ਖਾਲਸਾ ਚਾਹੇ ਤਾਂ ਹੁਣ ਮੌਕਾ ਹੈ, ਦਿੱਲੀ 'ਤੇ ਖਾਲਸਾ ਰਾਜ ਸਥਾਪਿਤ ਹੋ ਸਕਦਾ ਹੈ। ਸਾਰੇ ਜਰਨੈਲਾਂ ਨੇ ਹਾਂ ਕਰ ਦਿੱਤੀ ਅਤੇ ਦਿੱਲੀ 'ਤੇ ਦਲ ਖਾਲਸਾ ਦੀਆਂ 40,000 ਫੌਜ ਨੇ ਧਾਵਾ ਵਜਾ ਬੋਲਿਆ। ਥੋੜ੍ਹੀ ਲੜਾਈ ਤੋਂ ਬਾਅਦ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜਾ ਦੀ ਫੌਜ ਭੱਜ ਗਈ ਅਤੇ ਦਿੱਲੀ 'ਤੇ ਖਾਲਸਾ ਫੌਜ ਦਾ ਕਬਜ਼ਾ ਹੋ ਗਿਆ। ਇਸ ਵਾਰ ਫੌਜਾਂ ਦੀ ਅਗਵਾਈ ਬਾਬਾ ਬਘੇਲ ਸਿੰਘ ਦੇ ਹੱਥ ਵਿੱਚ ਸੀ। 5,000 ਫੌਜ ਦਾ ਪੜਾਅ ਅਜਮੇਰੀ ਗੇਟ ਕੀਤਾ ਗਿਆ। 5,000 ਫੌਜ ਮਜਨੂੰ ਟਿੱਲੇ ਠਹਿਰਾਈ ਗਈ ਅਤੇ 30,000 ਫੌਜ ਦਾ ਪੜਾਅ ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਕੀਤਾ ਗਿਆ, ਜਿੱਥੇ ਅੱਜ ਕੱਲ੍ਹ 30,000 ਅਦਾਲਤ ਹੈ। ਇੱਥੇ ਬਾਬਾ ਬਘੇਲ ਸਿੰਘ ਅਤੇ ਸਰਦਾਰ ਜੱਸਾ ਸਿੰਘ ਬੈਠੇ ਸਨ। ਉਹਨਾਂ ਨੇ ਉੱਥੋਂ ਲਾਲ ਕਿਲ੍ਹੇ 'ਤੇ ਹਮਲਾ ਕੀਤਾ। ਅਬਦੁਲ ਕਾਸਿਮ, ਜਿਸ ਨੇ ਉਸ ਸਮੇਂ ਮੁਕਾਬਲਾ ਕੀਤਾ, ਕੁਝ ਦੇਰ ਲਈ ਲੜਿਆ ਅਤੇ ਮਾਰਿਆ ਗਿਆ। ਕਿਲ੍ਹੇ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਸ਼ਾਹ ਆਲਮ ਦੂਜਾ ਲੁੱਕ ਕੇ ਬੈਠ ਗਿਆ। ਸਿੱਖਾਂ ਨੇ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਲਹਿਰਾ ਦਿੱਤੇ। ਇੱਕ ਲੜਕੀ ਸੀ
ਸ਼ਮਰੂ ਬੇਗਮ ਉਸਦੇ ਹੱਥੀ ਸ਼ਾਹ ਆਲਮ ਨੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਚਲਾਈ ਜਿਸ ਨੂੰ ਬਾਬਾ ਬਘੇਲ ਸਿੰਘ ਨੇ ਆਪਣੀ ਭੈਣ ਕਿਹਾ ਸੀ। ਗੱਲ ਇਸ ਤਰ੍ਹਾਂ ਹੋਈ ਸੀ ਕਿ ਜਦੋਂ ਸਿੱਖਾਂ ਨੇ ਹਮਲਾ ਕੀਤਾ ਤਾਂ ਫੌਜੀ ਵਰਦੀ ਵਿੱਚ ਸ਼ਮਰੂ ਬੇਗਮ ਨੇ ਬਾਬਾ ਬਘੇਲ ਸਿੰਘ 'ਤੇ ਹਮਲਾ ਕਰ ਦਿੱਤਾ, ਪਰ ਬਾਬਾ ਬਘੇਲ ਸਿੰਘ ਦੇ ਇੱਕ ਵਾਰ ਨਾਲ ਉਸ ਦਾ ਨਕਾਬ ਉੱਤਰ ਗਿਆ ਅਤੇ ਵਾਲ ਖੁੱਲ੍ਹ ਗਏ, ਜਿਸ ਕਰਕੇ ਬਾਬਾ ਬਘੇਲ ਸਿੰਘ ਨੇ ਉਸ ਨੂੰ ਆਖਿਆ ਕਿ ਮੇਰੇ ਗੁਰੂ ਦਾ ਹੁਕਮ ਹੈ, ਮੈਂ ਔਰਤ 'ਤੇ ਵਾਰ ਨਹੀਂ ਕਰਦਾ। ਉਸ ਨੇ ਤਲਵਾਰ ਰੋਕ ਲਈ। ਉਸੇ ਸਮੇਂ ਸ਼ਮਰੂ ਬੇਗਮ ਨੇ ਵੀ ਤਲਵਾਰ ਮਿਆਨ ਵਿੱਚ ਪਾ ਲਈ ਤਾਂ ਬਾਬਾ ਬਘੇਲ ਸਿੰਘ ਨੇ ਉਸ ਨੂੰ ਆਪਣੀ ਧਰਮ ਦੀ ਭੈਣ ਬਣਾ ਲਿਆ। ਉਸੇ ਸ਼ਮਰੂ ਬੇਗਮ ਦੇ ਹੱਥ ਸ਼ਾਹ ਆਲਮ ਦੂਜਾ ਨੇ ਸੁਨੇਹਾ ਭੇਜਿਆ ਕਿ ਸਿੱਖ ਮੇਰੇ ਨਾਲ ਸੰਧੀ ਕਰ ਲੈਣ। ਉਸ ਨੇ ਦੋ ਸ਼ਰਤਾਂ ਰੱਖੀਆਂ ਕਿ ਇੱਕ ਤਾਂ ਮੈਨੂੰ ਮਾਰਿਆ ਨਾ ਜਾਵੇ, ਇੱਕ ਮੈਨੂੰ ਲਾਲ ਕਿਲ੍ਹੇ ਤੋਂ ਬਾਹਰ ਨਾ ਕੱਢਿਆ ਜਾਵੇ। ਤਾਂ ਸਿੱਖਾਂ ਨੇ ਉਸ ਦੀਆਂ ਸ਼ਰਤਾਂ ਮੰਨ ਲਈਆਂ ਕਿ ਠੀਕ ਹੈ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ, ਪਰ ਉਹਨਾਂ ਨੇ ਵੀ ਆਪਣੀਆਂ ਸ਼ਰਤਾਂ ਰੱਖੀਆਂ। ਸਿੱਖਾਂ ਨੇ ਕਿਹਾ ਕਿ ਜਿੱਥੇ ਜਿੱਥੇ ਦਿੱਲੀ ਵਿੱਚ ਗੁਰੂ ਸਾਹਿਬਾਨ ਦੇ ਚਰਨ ਪਏ ਉਹ ਜਗ੍ਹਾ ਸਾਨੂੰ ਦੇ ਦਿਓ, ਅਸੀਂ ਉੱਥੇ ਗੁਰਦੁਆਰੇ ਬਣਾਈਏ, ਉਸਾਰੀ ਕਰੀਏ, ਸਰਕਾਰ ਉਸ ਗੱਲ ਵਿੱਚ ਕੋਈ ਦਖਲ ਨਹੀਂ ਦੇਵੇਗੀ। ਅਤੇ ਨੰਬਰ 3, ਦਿੱਲੀ ਦੇ ਟੈਕਸ ਵਿੱਚੋਂ 6 ਆਨੇ ਭਾਵ 37% ਹਿੱਸਾ ਖਾਲਸੇ ਨੂੰ ਮਿਲੇ। ਇਹ ਨਜ਼ਰਾਨਾ ਹਰ ਸਾਲ ਖਾਲਸੇ ਨੂੰ ਪਹੁੰਚਦਾ ਰਹੇ। ਅਤੇ ਨੰਬਰ 4, 5000 ਸਿੱਖ ਫੌਜ ਉਸ ਸਮੇਂ ਤੱਕ ਦਿੱਲੀ ਵਿੱਚ ਰਹੇਗੀ ਜਦ ਤੱਕ ਸਾਰੇ ਗੁਰਧਾਮਾਂ ਦਾ ਨਿਰਮਾਣ ਨਹੀਂ ਹੋ ਜਾਂਦਾ ਅਤੇ ਉਸ ਤੋਂ ਬਾਅਦ ਫੌਜ ਪੰਜਾਬ ਵਾਪਸ ਬੁਲਾ ਲਈ ਜਾਏਗੀ। ਸ਼ਾਹ ਆਲਮ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ। ਬਾਬਾ ਬਘੇਲ ਸਿੰਘ ਨੇ 7 ਥਾਂ ਜਿੱਥੇ ਜਿੱਥੇ ਗੁਰੂ ਸਾਹਿਬਾਨ ਗਏ ਸਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਉਹ ਥਾਂ ਭਾਲ ਕੇ ਉੱਥੇ ਗੁਰਦੁਆਰਿਆਂ ਦੀ ਸੇਵਾ ਆਰੰਭ ਕਰਵਾਈ। ਬਾਕੀ ਥਾਵਾਂ ਤਾਂ ਸੌਖੀਆਂ ਮਿਲ ਗਈਆਂ, ਨਿਸ਼ਾਨਦੇਹੀ ਸੌਖੀ ਹੋ ਗਈ, ਪਰ ਇੱਕ ਜਗ੍ਹਾ ਬਹੁਤ ਔਖੀ ਮਿਲੀ ਜਿਸ ਥਾਂ 'ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ। ਇੱਕ ਮਾਸ਼ਕੀ ਦੀ ਬੇਟੀ ਨੇ ਦੱਸਿਆ ਜਿਸ ਥਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਉਸ ਦੇ ਦੱਸਣ 'ਤੇ ਉਹ ਜਗ੍ਹਾ ਲੱਭੀ ਗਈ ਅਤੇ ਉੱਥੇ ਗੁਰਦੁਆਰਾ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਜੇ ਸਿੱਖ ਚਾਹੁੰਦੇ ਤਾਂ ਉਹ ਸਮਾਂ ਸੀ ਦਿੱਲੀ 'ਤੇ ਖਾਲਸਾ ਰਾਜ ਸਥਾਪਿਤ ਹੋ ਗਿਆ ਸੀ, ਪਰ ਉਸ ਸਮੇਂ ਵੀ ਸਾਡੀ ਆਪਸੀ ਫੁੱਟ ਨੇ ਸਾਨੂੰ ਐਡੇ ਵੱਡੇ ਮੁਲਕ ਦੇ ਰਾਜੇ ਨਾ ਬਣਨ ਦਿੱਤਾ। ਕੁਝ ਜਰਨੈਲਾਂ ਨੇ ਕਿਹਾ ਕਿ ਸਾਨੂੰ ਦਿੱਲੀ ਦਾ ਰਾਜ ਮਨਜ਼ੂਰ ਨਹੀਂ। ਬਾਬਾ ਬਘੇਲ ਸਿੰਘ ਨੇ ਕਿਹਾ ਸੀ ਕਿ ਹੁਣ ਦਿੱਲੀ 'ਤੇ ਰਾਜ ਸਥਾਪਿਤ ਕਰ ਲੈਂਦੇ ਹਾਂ, ਜੇਕਰ ਉਸ ਸਮੇਂ ਦਿੱਲੀ 'ਤੇ ਕਬਜ਼ਾ ਰੱਖਿਆ ਜਾਂਦਾ ਤਾਂ ਸਿੱਖਾਂ ਦਾ ਰਾਜ ਇਕੱਲੇ ਪੰਜਾਬ ਵਿੱਚ ਨਹੀਂ ਸੀ ਹੋਣਾ, ਦਿੱਲੀ ਤੋਂ ਲੈ ਕੇ ਤਿੱਬਤ ਕਾਬਲ ਤੱਕ ਸਿੱਖਾਂ ਦਾ ਰਾਜ ਹੋਣਾ ਸੀ। ਪਰ ਉਹੀ ਗੱਲ ਅੱਗੇ ਆਈ ਜੋ ਅੱਜ ਕੱਲ੍ਹ ਆ ਰਹੀ ਹੈ। ਪਤਾ ਨਹੀਂ ਕੀ ਗੱਲ ਹੈ ਕਿ ਸਾਡੇ ਵਿੱਚ ਕਦੇ ਨਾ ਏਕਾ ਹੋ ਸਕਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਤਾਂ ਕਦੇ ਬਿਲਕੁਲ ਉਮੀਦ ਹੈ ਹੀ ਨਹੀਂ, ਕਿਉਂਕਿ ਹੁਣ ਤਾਂ ਘਰ ਘਰ ਲੀਡਰ ਬਣ ਚੁੱਕੇ ਹਨ। ਉਸ ਸਮੇਂ ਤਾਂ ਫਿਰ ਅਜੇ ਕੁਛ ਮਾੜਾ ਮੋਟਾ ਭਾਈਬੰਦੀ ਹੈ ਸੀ, ਜਿਸ ਕਰਕੇ ਸਿੱਖ ਰਾਜ ਹੋਂਦ ਵਿੱਚ ਆ ਗਿਆ ਸੀ। ਰੱਬ ਜਾਣੇ ਉਹ ਵੀ ਕਿਸ ਤਰ੍ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਦੂਰ ਅੰਦੇਸ਼ੀ ਸੋਚ ਜਾਂ ਕੋਈ ਕੁਦਰਤ ਨੇ ਹੀ ਖੇਲ ਖੇਲੀ, ਜੋ ਸਿੱਖ ਰਾਜ ਬਣਨਾ ਸੀ ਉਸ ਸਮੇਂ ਬਣ ਗਿਆ। ਪਰ ਜੇ ਜਿਹੜੇ ਹਾਲਾਤ ਹੁਣ ਹਨ, ਇਸ ਹਿਸਾਬ ਨਾਲ ਤਾਂ ਕਦੇ ਰਾਜ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ, ਸੋਚਣਾ ਵੀ ਮੁਸ਼ਕਲ ਹੈ, ਕਿਉਂਕਿ ਸਾਡਾ ਇੱਕਾ ਕਦੇ ਨਹੀਂ ਹੋ ਸਕਦਾ। ਸਾਨੂੰ ਡਰ ਦੂਜਿਆਂ ਤੋਂ ਨਹੀਂ, ਆਪਣੇ ਭਰਾਵਾਂ ਤੋਂ ਹੈ। ਅਸੀਂ ਇੱਕ ਦੂਜੇ ਨੂੰ ਕਦੇ ਜਰ ਹੀ ਨਹੀਂ ਸਕਦੇ। ਦੂਜੇ ਲੋਕ ਦੂਜਿਆਂ ਦੀਆਂ ਖਾਮੀਆਂ ਭਾਲਦੇ ਹਨ, ਆਪਣਿਆਂ ਨੂੰ ਕਦੇ ਮਾੜਾ ਨਹੀਂ ਕਹਿੰਦੇ, ਪਰ ਅਸੀਂ ਦੂਜਿਆਂ ਦੀਆਂ ਸਿਫਤਾਂ ਕਰਦੇ ਹਾਂ, ਆਪਣਿਆਂ ਨੂੰ ਕਦੇ ਚੰਗਾ ਨਹੀਂ ਕਹਿ ਸਕਦੇ। ਆਪਣਿਆਂ ਦੇ ਔਗਣ ਭਾਲ ਭਾਲ ਕੇ ਡਾਂਡੀ ਪਿੱਟਦੇ ਹਾਂ, ਜਲੂਸ ਕੱਢਦੇ ਹਾਂ ਅਤੇ ਆਪਣੇ ਧਰਮ ਦੀਆਂ ਖਾਮੀਆਂ ਭਾਲ ਭਾਲ ਲੋਕਾਂ ਨੂੰ ਦੱਸਦੇ ਹਾਂ, ਇੱਕ ਦੂਜੇ 'ਤੇ ਦੂਸ਼ਣ ਲਾਉਂਦੇ ਹਾਂ, ਚਿੱਕੜ ਸੁੱਟਦੇ ਹਾਂ, ਅਸੀਂ ਕਦੇ ਇੱਕ ਨਹੀਂ ਹੋ ਸਕਦੇ। ਪਤਾ ਨਹੀਂ ਕੋਈ ਸਾਡੇ ਵਿੱਚ ਘਾਟ ਹੈ, ਕੀ ਘਾਟ ਹੈ, ਕੀ ਕਾਰਨ ਹੈ, ਜਾਂ ਸਾਨੂੰ ਕੋਈ ਸ਼ਰਾਪ ਹੈ ਜੋ ਅਸੀਂ ਕਦੇ ਇੱਕ ਨਹੀਂ ਹੋ ਸਕਦੇ। ਖੈਰ, ਗੱਲ ਇਸ ਤਰ੍ਹਾਂ ਹੋਈ ਕਿ ਬਾਬਾ ਬਘੇਲ ਸਿੰਘ ਨੇ, ਕਹਿੰਦੇ ਹਨ ਕਿ ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ 'ਤੇ ਵੀ ਬਿਠਾਇਆ ਗਿਆ, ਪਰ ਜੱਸਾ ਸਿੰਘ ਰਾਮਗੜੀਏ ਨੇ ਕਿਹਾ ਕਿ ਇਹ ਗੱਲ ਸਾਨੂੰ ਮਨਜ਼ੂਰ ਨਹੀਂ। ਪਤਾ ਨਹੀਂ ਕਿਹੜੀ ਗੱਲ ਪਿੱਛੇ ਜਰਨੈਲਾਂ ਵਿੱਚ ਰੌਲਾ ਪੈ ਗਿਆ, ਤਾਂ ਸਰਦਾਰ ਜੱਸਾ ਸਿੰਘ ਅਤੇ ਬਾਬਾ ਬਘੇਲ ਸਿੰਘ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਕਿ ਕੌਮ ਵਿੱਚ ਫੁੱਟ ਨਾ ਪੈ ਜਾਵੇ, ਕਿਤੇ ਆਪਸ ਵਿੱਚ ਤਲਵਾਰ ਨਾ ਖੜਕ ਪਵੇ, ਦਿੱਲੀ ਛੱਡਣੀ ਹੀ ਠੀਕ ਸਮਝੀ ਅਤੇ 5000 ਫੌਜ ਗੁਰਦੁਆਰਿਆਂ ਦੀ ਉਸਾਰੀ ਲਈ ਦਿੱਲੀ ਵਿੱਚ ਛੱਡ ਕੇ ਬਾਬਾ ਬਘੇਲ ਸਿੰਘ ਸਿੱਖ ਫੌਜ ਨੂੰ ਲੈ ਕੇ ਵਾਪਸ ਪੰਜਾਬ ਆ ਗਏ।
उस तों बाद पंजाब विच मिसलां अगे वधण लगियां ते कहिंदे हन कि दिल्ली दी टैक्स विचों बाबा बघेल सिंह दी अकाल चलना करन तक हिस्सा उहनां दे घर पहुँचदा रहा। 1802 ईस्वी तक 1802 ईस्वी विच अमृतसर विखे बाबा बघेल सिंह अकाल चलाना कर गए। ए सी साडी कौम दे महान जरनैल बाबा बघेल सिंह दी कथा जिसने दिल्ली नूं फतेह भी कर लिया सी ते उत्थे अपना राज भी स्थापित कर लिया सी, पर साडी बदकिस्मती कह लो जां इह कह लो वी असीं राज करन दे लायक नहीं, बई दिल्ली छड के उहनां नूं वापस आउणा पिया। वाहिगुरू जी का खालसा, वाहिगुरू जी की फतेह।